ਮੀਆਂ ਬਰਾਦਰ ਤੇ ਵਿਕਣ ਲੱਗੀ ਹੈ ਜੀ ਕਣਕ। ਕਣਕ ਚੈੱਕ ਕਰੋ ਜ਼ਰਾ, ਹਾਂ ਵੇਖੋ ਜੀ ਇੱਥੇ ਜ਼ਰਾ ਜੂਨ ਜੂਨ ਹੈਗੇ ਆ, ਵੇਖੋ ਜੀ ਕੀ ਰੇਟ ਲੱਗਦਾ। ਚਾਚਾ ਹੁਣ ਬੋਲੀ ਸ਼ੁਰੂ ਕਰਨ ਲੱਗਾ ਉਹ ਜੀ, ਅਜੇ ਤੱਕ ਖਰੀਦਦਾਰ ਵੀ ਘੱਟ ਜਿਹੀ ਆ ਬੋਲੀ 'ਤੇ, 2, 4, 6, 8, 8-10 ਜਾਣੇ ਆ, ਅੱਗੇ 20-25 ਜਾਣੇ ਹੁੰਦੇ ਆ, ਅਤੇ ਅੱਜ ਖਰੀਦਦਾਰ ਵੀ ਘੱਟ ਹੀ ਆ ਅਤੇ ਰੇਟ ਵੀ ਤੁਹਾਡੇ ਸਾਹਮਣੇ। ਹੁਣ ਵੇਖੋ ਜੀ ਇਸ ਢੇਰੀ ਦਾ ਕੀ ਰੇਟ ਲੱਗਦਾ ਇਹ ਦੇਖਦੇ ਹਾਂ ਜੀ। ਕਣਕ ਇੱਕ ਵਾਰੀ ਫਿਰ ਚੈੱਕ ਕਰਾ ਲਓ, ਚੈੱਕ ਕਰੋ ਜ਼ਰਾ, ਇਹ ਢੇਰੀ ਪਈ ਹੋਈ ਜੀ, ਇਹ ਬੋਲੀ ਆ ਲਓ ਜੀ ਵੇਖਦੇ ਕੀ ਰੇਟ ਲੱਗਦਾ। 2965 ਰੁਪਏ ਜੀ ਅਮੀਆਂ ਬਰਾਦਰ ਐਂਡ ਕਮਿਸ਼ਨ ਸ਼ਾਪ। ਇਸ ਤੋਂ ਇਲਾਵਾ ਆ ਖਾਣ ਵਾਲਿਆਂ ਨੂੰ ਦੇ ਰਹੇ ਆ ਜੀ, ਖਾਣਾ 12 ਰੁਪਏ ਦੀ ਰੋਟੀ ਮਿਲਣੀ ਇਹਦੀ, ਇਹਦੀ ਰੋਟੀ ਕਿੰਨੇ ਦੀ ਮਿਲਣੀ, ਇਹਦੀ ਰੋਟੀ ਕਿੰਨੇ ਦੀ ਮਿਲਣੀ ਨੇ ਖਾਣੀ ਗੌਰਮੈਂਟ ਨੇ। ਲਓ ਜੀ ਆ 3200 ਦਾ ਵੱਟਾ ਪਾਇਆ ਹੋਇਆ ਘਰਾਂ ਵਾਲਿਆਂ ਨੂੰ, ਇਹ ਘਰਾਂ ਵਾਲਿਆਂ ਨੂੰ ਵੇਚਦੇ ਪਏ 3200 ਰੁਪਈਏ, ਆ 3200 ਵੇਚਦੇ ਪਏ, ਚੰਗੀ ਸਾਫ਼ ਆ ਕਣਕ, ਮਾਸ਼ਾ ਅੱਲਾਹ ਕਣਕ ਚੰਗੀ ਆ ਯਾਰ, ਖਾਣ ਵਾਲੇ ਬਹੁਤ ਸੋਹਣੇ ਰਹਿੰਦੇ ਸੀ, ਦਿੱਤੀ ਜਾਂਦੇ ਆ 10 ਮਣ 20 ਮਣ। ਠੀਕ ਹੋ ਗਿਆ, ਠੀਕ ਹੋ ਗਿਆ। ਲਓ ਜੀ ਚੰਗੀ ਕਣਕ ਆ, 3200 ਦਾ ਵੱਟਾ ਪਾਇਆ ਹੋਇਆ ਜੀ ਅੱਜ। ਤੁਹਾਡੇ ਇਲਾਕੇ 'ਚ ਕੀ ਰੇਟ ਆ ਸਾਨੂੰ ਕਮੈਂਟਸ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾਹ ਹਾਫਿਜ਼।